ਮੇਰੇ ਤੋਂ ਇੰਨਾ ਹੁੰਦਾ ਨਹੀਂ, ਬੱਚੇ ਇਕੱਲੇ ਸਾਂਭੇ ਜਾਂਦੇ, ਮੰਮੀ ਵੀ ਨਾਲ ਸਾਂਭਦੀ ਆ। ਤੁਹਾਨੂੰ ਮਤਲਬ ਯਾਦ ਆਉਂਦੀ ਹੈ ਆਪਣੇ ਹਸਬੈਂਡ ਦੀ, ਹੁੰਦਾ ਹੈ ਕਿ ਅੱਜ ਹਸਬੈਂਡ ਹੁੰਦਾ ਤਾਂ ਮੈਨੂੰ ਇਹ ਚੀਜ਼ਾਂ ਜਿਹੜੀਆਂ ਨਾ ਦੇਖਣੀਆਂ ਪੈਂਦੀਆਂ? ਹਾਂਜੀ, ਇਹ ਤਾਂ ਹੈ। ਐਂ ਤਾਂ ਦੇਖਦੀ ਆਈ, ਐਂ ਤਾਂ ਵਹਿੰਦੀ, ਇਹਨਾਂ ਦੇ ਕੱਪੜੇ ਵੀ ਸਾਫ ਕਰਦੀ ਆ, ਚੱਕਦੀ ਚੁੰਮਦੀ ਵੀ, ਐਂ ਤਾਂ ਉਹੀ ਆ। ਹਾਂਜੀ, ਯਾਦ ਆਉਂਦੀ ਆ। ਅੱਜ ਮੋਗੇ ਦੇ ਚੰਦ ਪੁਰਾਣਾ ਪਿੰਡ ਦੇ ਵਿੱਚ ਮੌਜੂਦ ਆ, ਜਿੱਥੇ ਕਿ ਅੱਜ ਸਾਡੇ ਨਾਲ ਇੱਕ ਬੇਬੇ ਬਾਪੂ ਜਿਹੜੇ ਮੌਜੂਦ ਨੇ। ਆਪਾਂ ਗੱਲ ਕਰਦੇ ਆ ਘਰ ਦੇ ਹਾਲਾਤ ਦੀ। ਹਾਲਾਤ ਤੁਸੀਂ ਦੇਖ ਰਹੇ ਹੋ, ਘਰ ਬਿਲਕੁਲ ਕੱਚਾ ਆ, ਰਹਿਣ ਸਹਿਣ ਦਾ ਕੋਈ ਠਿਕਾਣਾ ਨਹੀਂ ਹੈਗਾ। ਇਸ ਦੇ ਨਾਲ ਨਾਲ ਆਪਾਂ ਘਰ ਘਰ ਦੇ ਗੁਜ਼ਾਰੇ ਦੇ, ਗੁਜ਼ਾਰਾ ਵੀ ਬਹੁਤ ਔਖਾ ਸੌਖਾ ਹੋ ਕੇ ਹੁੰਦਾ ਆ, ਕਿਉਂਕਿ ਇੱਕ ਮੁੰਡਾ ਸੀਗਾ ਜੋ ਕਿ ਕੁਛ ਸਾਲ ਪਹਿਲਾਂ ਜਿਹੜਾ ਆ ਚਲਾ ਗਿਆ, ਅਤੇ ਇਸ ਦੇ ਨਾਲ ਨਾਲ ਆਪਾਂ ਬਾਪੂ ਜੀ ਅਤੇ ਬੇਬੇ ਵੀ ਮੌਜੂਦ ਨੇ। ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ, ਜਿਹੜੇ ਤੁਸੀਂ ਆ ਬੱਚੇ ਦੇਖ ਸਕਦੇ ਹੋ, ਇਹਨਾਂ ਦੇ ਹੀ ਜਿਹੜੇ ਪਿਤਾ ਜੀ ਸੀਗੇ, ਮਤਲਬ ਪਾਪਾ ਸੀਗੇ, ਉਹਨਾਂ ਦੀ ਜਿਹੜੀ ਡੈਥ ਹੋ ਗਈ। ਇਹਨਾਂ ਦੀ ਜਿਹੜੀ ਮਾਂ ਆ ਉਹ ਥੋੜ੍ਹੀ ਮੈਂਟਲੀ ਅਪਸੈਟ ਹੈ, ਅਤੇ ਜਿਵੇਂ ਇਹਨਾਂ ਦੀ ਮੰਮੀ ਹੈ ਉਹ ਥੋੜ੍ਹੀ ਮੈਂਟਲੀ ਅਪਸੈਟ ਨੇ। ਕਿਵੇਂ ਇਹਨਾਂ ਨੂੰ ਮਤਲਬ ਕਿ ਸਾਂਭਦੇ ਹੋ ਤੁਸੀਂ? ਉਹਨਾਂ ਦੀ ਮੰਮੀ ਇਹਨਾਂ ਨੂੰ ਦੇਖਦੀ ਹੈ? ਐਂ ਤਾਂ ਦੇਖਦੀ ਆਈ, ਐਂ ਤਾਂ ਵਹਿੰਦੀ, ਇਹਨਾਂ ਦੇ ਕੱਪੜੇ ਵੀ ਸਾਫ ਕਰਦੀ ਆ, ਚੱਕਦੀ ਚੁੰਮਦੀ ਵੀ, ਐਂ ਤਾਂ ਉਹੀ ਆ। ਹਾਂ, ਅਤੇ ਬਸ ਖਾਣਾ ਨਹੀਂ ਬਣਾਉਣਾ ਹੁੰਦਾ, ਖਾਣਾ ਮੈਂ ਆਪ ਬਣਾਉਂਦੀ। ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਇਹਨਾਂ ਦੀ ਮੰਮੀ ਹੈ ਜਿਹੜੀ ਕਿ ਬੈਠੇ ਹੋਏ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਤਾ ਬੋਲਣ, ਕਿ ਗੱਲ ਨੂੰ ਸਮਝਣ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਠੀਕ ਆ? ਹਾਂਜੀ। ਅੱਛਾ, ਕਿ ਤੁਹਾਡੇ ਤਿੰਨ ਬੱਚੇ ਕਿੱਦਾਂ ਇਹਨਾਂ ਨੂੰ ਸਾਂਭਦੇ? ਮੰਮੀ ਨਾਲ ਸਾਂਭਦੀ ਹੈ, ਅਤੇ ਮੇਰੇ ਤੋਂ ਇੰਨਾ ਹੁੰਦਾ ਨਹੀਂ, ਬੱਚੇ ਇਕੱਲੇ ਸਾਂਭੇ ਜਾਂਦੇ, ਮੰਮੀ ਵੀ ਨਾਲ ਸਾਂਭਦੀ ਆ। ਘਰਵਾਲੇ ਦੀ ਯਾਦ ਆਉਂਦੀ? ਹਾਂਜੀ, ਯਾਦ ਆਉਂਦੀ ਆ। ਹੁਣ ਮਜ਼ਾ ਨਹੀਂ ਚਾਹੁੰਦਾ। ਕਿੰਨਾ ਔਖਾ ਹੁੰਦਾ ਇਹਨਾਂ ਨੂੰ ਸਾਂਭਣਾ, ਬੱਚਿਆਂ ਨੂੰ ਦੱਸਣਾ ਕਿ ਪਾਪਾ ਹੈ? ਇਹ ਤਾਂ ਕਹਿੰਦੇ ਰਹਿੰਦੇ ਪਾਪਾ ਹੈ ਨਹੀਂ, ਰੋਣ ਲੱਗ ਜਾਂਦੇ ਆ, ਪਰ ਮੇਰਾ ਭਾਈ ਖਾਣ ਪੀਣ ਨੂੰ ਵਾਧੂ ਦਿੰਦਾ ਹੈ, ਸਾਰੇ ਮਗਰ ਮਗਰ ਪੈਂਦੇ। ਹਾਂਜੀ, ਜਿੱਦ ਕਰਦੇ ਨੇ, ਸਮਾਨ ਮੰਗਦੇ, ਕਹਿੰਦੇ ਪਾਪਾ ਕੋਲ ਜਾਂਦੇ। ਹਾਂਜੀ, ਫਿਰ ਵੀ ਮੇਰਾ ਭਾਈ ਸਾਰਾ ਕੁਛ ਲਿਆ ਕੇ ਦਿੰਦਾ, ਫਿਰ ਵੀ ਪਾਪਾ ਪਾਪਾ ਕਰਦੇ। ਹਾਂਜੀ, ਤੁਹਾਨੂੰ ਮਤਲਬ ਯਾਦ ਆਉਂਦੀ ਹੈ ਆਪਣੇ ਹਸਬੈਂਡ ਦੀ, ਹੁੰਦਾ ਹੈ ਕਿ ਅੱਜ ਹਸਬੈਂਡ ਹੁੰਦਾ ਤਾਂ ਮੈਨੂੰ ਇਹ ਚੀਜ਼ਾਂ ਜਿਹੜੀਆਂ ਨਾ ਦੇਖਣੀਆਂ ਪੈਂਦੀਆਂ? ਹਾਂਜੀ, ਇਹ ਤਾਂ ਹੈ। ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਦੇਖ? ਵਾਵਾ ਟਾਈਮ ਹੋ ਗਿਆ, ਵਾਵਾ ਟਾਈਮ ਹੋ ਗਿਆ। ਯਾਦ ਤਾਂ ਹੁੰਦੀ ਗਿਆ ਤੁਹਾਡੇ? ਨਹੀਂ, ਮੰਮੀ ਪਾਪਾ ਵੀ ਨਹੀਂ ਹੈ? ਮਾਮਾ ਮਾਮੀ ਨੇ ਪਾਲਿਆ ਮੈਨੂੰ, ਬਹੁਤ ਰੱਖਦੇ। ਭੈਣ ਭਰਾ? ਭੈਣਾਂ ਹੈਗੀਆਂ, ਬਾਈਆਂ ਉਹ ਵੀ ਦੂਰ, ਉਹ ਤਾਂ ਫੋਨ ਲਾ ਲੈਂਦੀਆਂ ਫਿਰ ਵੀ। ਅੱਛਾ ਬਾਪੂ ਜੀ, ਉਹ ਪੁੱਛਦਾ ਨਹੀਂ ਜਿਹੜੇ ਤੁਹਾਡੇ ਦੋ ਮੁੰਡੇ ਨੇ ਵੀ ਘਰ ਦਾ ਖਰਚਾ ਕਿਵੇਂ ਚੱਲੂਗਾ? ਮਾਂ ਬਾਪੂ ਜਿਹੜੇ ਪੂਰੇ ਬਜ਼ੁਰਗ ਨੇ, ਪੁੱਛਦੇ ਨਹੀਂ ਤੁਹਾਨੂੰ? ਪੁੱਛਦੇ ਤਾਂ ਹੈਗੇ ਆ, ਤੇ ਪਰ ਉਹਨੂੰ ਆਪਦਾ ਟਾਈਮ ਪਾਸ ਹੀ ਮਸਾਂ ਕਰਦੇ ਆ, ਆਪਦਾ ਟਾਈਮ ਪਾਸ ਹੀ ਮਸਾਂ ਹੁੰਦਾ। ਮਹਿੰਗਾਈ ਬਹੁਤ ਆ, ਆਉਂਦਾ ਕੁਛ ਨਹੀਂ ਗਾ। ਤੇ ਆਪਾਂ ਇਹ ਬੱਚਿਆਂ ਦੀ ਗੱਲ ਕਰੀਏ, ਕਿੱਦਾਂ ਇਹਨਾਂ ਨੂੰ ਪਾਲਦੇ ਹੋ, ਕਿੱਦਾਂ ਇਹਨਾਂ ਦਾ ਖਰਚਾ ਜਿਹੜਾ ਚੁੱਕਦੇ ਹੋ? ਖਰਚਾ ਜੀ ਬਸ ਤੁਹਾਨੂੰ ਦੱਸੀ ਤਾਂ ਜਾਂਦੇ ਵੀ ਆ, ਤੂੰ ਮੈਂ ਤੇ ਲੋਕਾਂ ਦੇ ਰੱਬ ਤਰਸੀ ਤੇ ਹੀ ਆ ਬਸ। ਤੁਸੀਂ ਕੋਈ ਕੰਮ ਕਰਦੇ ਹੋ? ਨਹੀਂ ਜੀ, ਮੈਂ ਤਾਂ ਕੋਈ ਕੰਮ ਨਹੀਂ ਕਰਦਾ, ਮੈਂ ਤਾਂ ਵਿਹਲਾ ਆਇਆ। ਮੈਂ ਕਿਉਂ ਕਹਾਂ ਵੀ ਮੈਂ ਦਿਹਾੜੀ ਜਾਂਦਾ, ਮੈਂ ਕੁਛ ਕਰਦਾ, ਮੈਂ ਤਾਂ ਕੋਈ ਕੰਮ ਨਹੀਂ ਕਰਦਾ ਗਾ।